ਐਨਆਰਆਈ ਟੀਵੀ ਤੇ ਤੁਹਾਡਾ ਸਵਾਗਤ ਹੈ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਹਰ ਖਬਰ ਤੱਕ ਪਹੁੰਚਣ ਲਈ ਬੈਲ ਆਈਕਨ ਦਬਾਉਣਾ ਬਿਲਕੁਲ ਨਾ ਭੁੱਲਿਓ। ਥਾਈਲੈਂਡ 'ਚ ਸਥਿਤ ਟੈਮਲੋਂਗ ਗੁਫਾ 'ਚ ਕਰੀਬ 2 ਹਫ਼ਤੇ ਤੋਂ ਫਸੇ ਇੱਕ ਸਕੂਲੀ ਫੁੱਟਬਾਲ ਟੀਮ ਦੇ ਬਾਕੀ ਰਹਿੰਦੇ 4 ਬੱਚਿਆਂ ਅਤੇ ਉਹਨਾਂ ਦੇ ਕੋਚ ਨੂੰ ਵੀ ਮੰਗਲਵਾਰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਯੁੱਧ ਪੱਧਰ ਤੇ ਚਲਾਏ ਗਏ ਆਪਰੇਸ਼ਨ ਵਿੱਚ ਲਾਮਲਿਓਂਗ ਗੁਫਾ ਵਿੱਚ ਫਸੇ ਸਾਰੇ 12 ਬੱਚਿਆਂ ਅਤੇ ਉਹਨਾਂ ਦੇ ਕੋਚ ਨੂੰ ਹੁਣ ਬਾਹਰ ਕੱਢ ਲਿਆ ਗਿਆ ਹੈ। ਬਚਾਏ ਗਏ ਸਾਰੇ ਬੱਚਿਆਂ ਅਤੇ ਕੋਚ ਨੂੰ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਹਨਾਂ ਦੀ ਜਾਂਚ ਕੀਤੀ ਹੈ। ਇਸ ਤੋਂ ਪਹਿਲਾਂ ਕੱਢੇ ਗਏ 8 ਬੱਚੇ ਮਾਨਸਿਕ ਅਤੇ ਸਰੀਰਕ ਪੱਖੋਂ ਠੀਕ ਦੱਸੇ ਜਾ ਰਹੇ ਹਨ। ਥਾਈਲੈਂਡ ਦੀ ਨੇਵੀ ਸੀਲ ਇਕਾਈ ਨੇ ਦੱਸਿਆ ਕਿ ਇਸ ਇੰਪੋਸੀਬਲ ਮਿਸ਼ਨ ਨੂੰ ਸਫਲਤਾਪੂਰਵਕ ਸੰਭਵ ਬਣਾ ਲਿਆ ਗਿਆ ਹੈ। ਇਸ ਮਿਸ਼ਨ ਵੱਲ ਸਾਰੀ ਦੁਨੀਆ ਦਾ ਧਿਆਨ ਲੱਗਾ ਹੋਇਆ ਸੀ। ਦੱਸਣਯੋਗ ਹੈ ਕਿ 23 ਜੂਨ ਨੂੰ ਅਭਿਆਸ ਦੌਰਾਨ ਇੱਕ ਫੁੱਟਬਾਲ ਟੀਮ ਦੇ 12 ਖਿਡਾਰੀ ਅਤੇ ਉਹਨਾਂ ਦੇ ਕੋਚ ਗੁਫਾ ਨੂੰ ਵੇਖਣ ਗਏ ਸਨ ਜੋ 4 ਕਿਲੋਮੀਟਰ ਲੰਬੀ ਹੈ। ਜਦੋਂ ਇਹ ਖਿਡਾਰੀ ਅਤੇ ਉਹਨਾਂ ਦੇ ਕੋਚ ਗੁਫਾ ਨੂੰ ਦੇਖ ਰਹੇ ਸਨ ਤਾਂ ਮੀਂਹ ਦਾ ਮੌਸਮ ਹੋਣ ਕਾਰਨ ਗੁਫਾ ਵਿੱਚ ਪਾਣੀ ਭਰ ਗਿਆ ਅਤੇ 12 ਬੱਚੇ ਅਤੇ ਉਹਨਾਂ ਦੇ ਕੋਚ ਅੰਦਰ ਹੀ ਫਸੇ ਰਹਿ ਗਏ। ਇਸ ਤੋਂ ਬਾਅਦ ਬਰਤਾਨਵੀ ਗੋਤਾਖੋਰਾਂ ਤੋਂ ਜਾਣਕਾਰੀ ਮਿਲਣ ਪਿੱਛੋਂ ਥਾਈਲੈਂਡ ਸਰਕਾਰ ਨੇ ਬੱਚਿਆਂ ਅਤੇ ਕੋਚ ਨੂੰ ਬਾਹਰ ਕੱਢਣ ਲਈ ਮੁਹਿੰਮ ਸ਼ੁਰੂ ਕੀਤੀ ਸੀ। ਇਸ ਮੁਹਿੰਮ ਵਿੱਚ 6 ਦੇਸ਼ਾਂ ਦੇ 90 ਗੋਤਾਖੋਰਾਂ ਅਤੇ 1000 ਫੌਜੀ ਜਵਾਨਾਂ ਨੇ ਇਸ ਮਿਸ਼ਨ ਨੂੰ ਸਫਲ ਬਣਾਇਆ। ਗੁਫਾ ਵਿੱਚ ਇੱਕ ਸਾਬਕਾ ਗੋਤਾਖੋਰ ਦੀ ਆਕਸੀਜਨ ਦੀ ਕਮੀ ਕਾਰਨ ਮੌਤ ਹੋ ਗਈ, ਪਰ ਚੰਗੀ ਗੱਲ ਇਹ ਰਹੀ ਕਿ 2 ਹਫ਼ਤਿਆਂ ਤੋਂ ਫਸੇ ਬੱਚਿਆਂ ਅਤੇ ਉਹਨਾਂ ਦੇ ਕੋਚ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਬਿਊਰੋ ਰਿਪੋਰਟ, ਦਾ ਐਨਆਰਆਈ ਟੀਵੀ।